ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਇਸ ਵੇਲੇ ਤੁਸੀਂ ਦੀਦਾਰ ਕਰ ਰਹੇ ਹੋ ਉਸ ਜਗ੍ਹਾ ਦਾ ਜਿਸ ਨੇ ਆਪਣੇ ਸਥਾਨ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਹਾਸਿਲ ਕਰ ਲਿਆ ਹੈ। ਇੱਕ ਐਸੀ ਜਗ੍ਹਾ ਦੇ ਤੌਰ 'ਤੇ ਜਿਸ ਨੇ ਪੰਜਾਬ ਦੀ ਪੂਰੀ ਵਿਰਾਸਤ ਨੂੰ, ਇਤਿਹਾਸ ਨੂੰ ਆਪਣੇ ਅੰਦਰ ਸਮੇਟ ਕੇ ਰੱਖਿਆ ਹੈ ਅਤੇ ਲੋਕਾਂ ਨੂੰ ਪ੍ਰਦਰਸ਼ਨੀ ਦੇ ਰਿਹਾ ਹੈ। ਜੀ ਹਾਂ, ਇਸ ਜਗ੍ਹਾ ਦਾ ਨਾਮ ਹੈ ਵਿਰਾਸਤ-ਏ-ਖਾਲਸਾ, ਜੋ ਕਿ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਮੌਜੂਦ ਹੈ ਅਤੇ ਹੋਲੇ ਮੁਹੱਲੇ ਦੇ ਮੌਕੇ ਦੇ ਉੱਤੇ ਇੱਥੇ ਖਾਸ ਤੌਰ ਦੇ ਉੱਤੇ ਲੋਕ ਜਿੱਥੇ ਮਨਾਉਣ ਆ ਰਹੇ ਨੇ ਹੋਲੇ ਮੁਹੱਲੇ ਨੂੰ, ਨਾਲੋਂ ਨਾਲ ਇੱਥੇ ਆਪਣੇ ਇਤਿਹਾਸ ਦੇ ਨਾਲ ਜੁੜਨ ਵੀ ਆ ਰਹੇ ਨੇ ਪ੍ਰਦਰਸ਼ਨੀ ਦੇਖ ਕੇ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਪੂਰੇ ਪੰਜਾਬ ਦੇ ਲਈ। ਰੋਜ਼ ਦੇ ਕਰੀਬਨ 14,000 ਤੋਂ 16,000 ਲੋਕ ਇੱਥੇ ਮੱਥਾ ਟੇਕ ਕੇ ਪ੍ਰਦਰਸ਼ਨੀ ਦਾ ਆਨੰਦ ਮਾਣ ਰਹੇ ਨੇ, ਇਤਿਹਾਸ ਨਾਲ ਜੁੜ ਰਹੇ ਨੇ ਅਤੇ ਨਾਲੋਂ ਨਾਲ ਇੱਕ ਨਵਾਂ ਰਿਕਾਰਡ ਪੈਦਾ ਕਰ ਰਹੇ ਨੇ ਇੱਥੇ ਵਿਜ਼ਿਟਿੰਗ ਦਾ। ਅਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇਸ ਵਿਰਾਸਤ-ਏ-ਖਾਲਸਾ ਨੂੰ ਸੁਪਰਵਾਈਜ਼ ਕਰਨ ਲਈ, ਇਹਨਾਂ ਦੇ ਜਿੰਨਾ ਵੀ ਸੈਲਾਨੀ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਵਿਜ਼ਿਟਰਸ ਨੂੰ ਇੱਥੇ ਆਉਣ ਨੂੰ ਕੋਈ ਦਿੱਕਤ ਨਾ ਹੋਵੇ। ਪੁਸ਼ਪਜੀਤ ਸਿੰਘ ਜੀ, ਕਿੰਨੇ ਟਾਈਮ ਲਈ ਇਸ ਵਿਰਾਸਤ-ਏ-ਖਾਲਸਾ ਦਾ ਟਾਈਮਿੰਗ ਡਬਲ ਕੀਤੀ ਗਈ ਹੈ ਜਿਹੜੇ ਵਿਜ਼ਿਟਰਸ ਇੱਥੇ ਇਹਨੂੰ ਵੇਖਣ ਆ ਰਹੇ ਆ? ਨੋਰਮਲ ਡੇਜ਼ ਤਾਂ ਵਿਰਾਸਤ-ਏ-ਖਾਲਸਾ ਸਵੇਰੇ 10 ਵਜੇ ਲੈ ਕੇ 4:30 ਤੱਕ ਟਿਕਟਾਂ ਦਿੱਤੀ ਜਾਂਦੀਆਂ ਸੈਲਾਨੀਆਂ ਨੂੰ। ਵੈਸੇ ਹੋਲੇ ਮਹੱਲੇ ਦੌਰਾਨ ਵਿਰਾਸਤ-ਏ-ਖਾਲਸਾ ਟਾਈਮ ਵਾਧਾ ਕੀਤਾ ਗਿਆ, ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਵਿਰਾਸਤ-ਏ-ਖਾਲਸਾ ਸੈਲਾਨੀਆਂ ਨੂੰ ਦਿਖਾਇਆ ਜਾਂਦਾ ਜੀ। ਅਤੇ ਜਿਹੜੀਆਂ ਟਿਕਟਸ ਨੇ ਉਸਦੀ ਕੀ ਕੋਸਟ ਹੈ? ਵਿਰਾਸਤ-ਏ-ਖਾਲਸਾ ਫਰੀ ਆਫ ਕੋਰਸ ਸੈਲਾਨੀਆਂ ਨੂੰ ਦਿਖਾਇਆ ਜਾਂਦਾ, ਇਹਦੀ ਕੋਈ ਫੀਸ ਨਹੀਂ ਹੈ। ਸੈਲਾਨੀ ਸਿਰਫ ਆ ਕੇ ਆਪਣਾ ਇੱਥੋਂ ਟਿਕਟ ਕਾਊਂਟਰ ਤੋਂ ਆਪਣਾ ਵਿਜ਼ਿਟਰ ਪਾਸ ਬਣਾ ਸਕਦੇ ਹੈ ਅਤੇ ਨਾਲ ਦੇ ਨਾਲ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰ ਸਕਦੇ ਨੇ। ਇਸ ਵਿਰਾਸਤ-ਏ-ਖਾਲਸਾ ਦੇ ਅੰਦਰ ਕਿਹੜੀ ਕਿਹੜੀ ਪ੍ਰਦਰਸ਼ਨੀ ਖਾਸ ਤੌਰ 'ਤੇ ਲਾਈ ਗਈ ਹੈ? ਵਿਰਾਸਤ-ਏ-ਖਾਲਸਾ ਅੰਦਰ ਕੁੱਲ 27 ਗੈਲਰੀਆਂ ਬਣਾਈ ਗਈਆਂ ਨੇ, ਜਿਹਦੇ ਵਿੱਚ ਪੰਜਾਬ ਦਾ 550 ਸਾਲਾ ਪੰਜਾਬ ਦਾ ਇਤਿਹਾਸ ਦਿਖਾਇਆ ਗਿਆ ਹੈ। 15ਵੀਂ ਸਦੀ ਤੋਂ ਲੈ ਕੇ 10 ਗੁਰੂ ਸਾਹਿਬਾਂ ਦੀ ਹਿਸਟਰੀ, ਬਾਬਾ ਬੰਦਾ ਸਿੰਘ ਜੀ ਦਾ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਅਤੇ ਆਪਣਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਸਾਰਾ ਇੱਥੇ ਵਿਰਾਸਤ-ਏ-ਖਾਲਸਾ ਵਿੱਚ ਦੱਸਿਆ ਗਿਆ ਹੈ। ਅਤੇ ਇਸ ਸਾਰੇ ਗੈਲਰੀ ਨੂੰ, ਇਸ ਸਾਰੇ ਮਿਊਜ਼ੀਅਮ ਨੂੰ, ਇਸ ਸਾਰੀ ਵਿਰਾਸਤ ਨੂੰ ਕਿੰਨੇ ਲੋਕ ਮਿਲ ਕੇ ਸਾਂਭ ਰਹੇ ਨੇ ਇਸ ਵੇਲੇ? ਕਿੰਨੇ ਲੋਕ ਮਿਲ ਕੇ ਲੋਕਾਂ ਨੂੰ ਗਾਈਡ ਕਰ ਰਹੇ ਨੇ ਕਿ ਇਸ ਥਾਂ 'ਤੇ ਜਾਣਾ ਹੈ ਇੱਥੋਂ ਦੀ ਅੱਗੇ? ਹਾਂਜੀ, ਕਾਫੀ ਸਟਾਫ ਵਿਰਾਸਤ-ਏ-ਖਾਲਸਾ ਵਿੱਚ ਕੰਮ ਕਰਦਾ ਹੈ, ਜਿਵੇਂ ਕਿ ਹਾਊਸਕੀਪਿੰਗ ਸਟਾਫ, ਸਿਕਿਉਰਿਟੀ ਸਟਾਫ, ਵਿਜ਼ਿਟਰ ਸਰਵਿਸ ਸਟਾਫ, ਸਾਡੇ ਪ੍ਰਬੰਧਕੀ ਐਡਮਿਨਿਸਟ੍ਰੇਸ਼ਨ ਆਫਿਸਰਸ ਨੇ, ਸਾਰੇ ਪੂਰੇ ਟੀਮਸ ਨੇ, ਪੂਰਾ ਟੀਮ ਵਰਕ ਇੱਥੇ ਨਾਲ ਪੂਰਾ ਵਿਰਾਸਤ-ਏ-ਖਾਲਸਾ ਨੂੰ ਚਲਾਇਆ ਜਾਂਦਾ ਹੈ। ਅਤੇ ਸੰਗਤਾਂ ਦਾ ਵੀ ਖਾਸ ਤੌਰ 'ਤੇ ਧਿਆਨ ਰੱਖਿਆ ਜਾਂਦਾ ਹੈ, ਉਹਨਾਂ ਨੂੰ ਬੈਟਰ ਫੈਸਿਲਿਟੀ ਦਿੱਤੀ ਜਾਂਦੀ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ ਵਿਰਾਸਤ-ਏ-ਖਾਲਸਾ ਵਿਜ਼ਿਟ ਦੇ ਦੌਰਾਨ, ਉਹਨਾਂ ਪੂਰਾ ਧਿਆਨ ਰੱਖਿਆ ਜਾਂਦਾ ਜੀ। ਆਮ ਦਿਨਾਂ ਦੇ ਵਿੱਚ ਵਿਰਾਸਤ-ਏ-ਖਾਲਸਾ ਦੀ ਟਾਈਮਿੰਗ ਕੀ ਹੁੰਦੀ ਹੈ? ਆਮ ਦਿਨਾਂ ਦੇ ਵਿੱਚ ਵਿਰਾਸਤ-ਏ-ਖਾਲਸਾ ਟਾਈਮਿੰਗ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4:30 ਤੱਕ, ਜੋ ਕਿ ਟਿਕਟਾਂ ਦਾ ਟਿਕਟ ਦੇਣ ਦਾ ਸਮਾਂ ਹੈ, ਅਤੇ 6 ਵਜੇ ਸਾਡਾ ਵਿਰਾਸਤ-ਏ-ਖਾਲਸਾ ਦਾ ਕਲੋਜ਼ਿੰਗ ਟਾਈਮ ਹੈ। ਅਤੇ ਹੁਣ ਹੋਲਾ ਮਹੱਲੇ ਦੌਰਾਨ ਵਿਰਾਸਤ-ਏ-ਖਾਲਸਾ ਟਾਈਮ ਵੀ ਥੋੜ੍ਹਾ ਵਾਧਾ ਕੀਤਾ ਗਿਆ, ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਵਿਰਾਸਤ-ਏ-ਖਾਲਸਾ ਸੰਗਤਾਂ ਨੂੰ ਫ੍ਰੀ ਦਿਖਾਇਆ ਜਾਂਦਾ। ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਹੁਣ ਤੱਕ ਕਿੰਨੇ ਪ੍ਰਯਟਕ, ਕਿੰਨੇ ਵਿਜ਼ਿਟਰਸ, ਕਿੰਨੇ ਸ਼ਰਧਾਲੂ ਇਸ ਮਿਊਜ਼ੀਅਮ ਨੂੰ, ਇਸ ਪ੍ਰਦਰਸ਼ਨੀ ਨੂੰ ਦੇਖ ਚੁੱਕੇ ਨੇ? ਕਰੋੜਾਂ ਦੀ, 1 ਕਰੋੜ ਤੋਂ ਵੱਧ ਸੰਗਤ ਵਿਰਾਸਤ-ਏ-ਖਾਲਸਾ ਨੂੰ ਦੇਖ ਚੁੱਕੀ ਹੈ, ਅਤੇ ਅਸੀਂ ਜੋ ਇੱਕ ਰਿਕਾਰਡ ਅਚੀਵ ਕੀਤਾ ਹੈ ਵਰਲਡ ਬੁੱਕ ਆਫ ਦਾ ਰਿਕਾਰਡ ਦਾ, ਜਿਹਦੇ ਵਿੱਚ 20,500 ਸੈਲਾਨੀਆਂ ਨੇ ਵਿਰਾਸਤ-ਏ-ਖਾਲਸਾ ਵਿਜ਼ਿਟ ਕੀਤਾ ਹੈ, ਇਹ ਸਭ ਤੋਂ ਵੱਡਾ ਰਿਕਾਰਡ ਰਿਹਾ ਹੁਣ ਤੱਕ ਦਾ। ਅਤੇ ਤੁਹਾਡੇ ਅਕੋਰਡਿੰਗਲੀ ਸਭ ਤੋਂ ਖਾਸ ਚੀਜ਼ ਕੀ ਹੈ ਜੋ ਕਿ ਇੱਥੇ ਆਏ ਪ੍ਰਦਰਸ਼ਨੀ ਨੂੰ ਵੇਖ ਕੇ ਲੋਕ ਭਾਵੁਕ ਵੀ ਹੁੰਦੇ ਨੇ, ਆਪਣੇ ਇਤਿਹਾਸ ਨਾਲ ਵੀ ਜੁੜਦੇ ਨੇ, ਭਾਰਤ ਦੇ ਇਤਿਹਾਸ ਨਾਲ ਵੀ ਜੁੜਦੇ ਨੇ, ਉਸ ਦੇ ਵਿੱਚ ਸਭ ਤੋਂ ਖਾਸ ਚੀਜ਼ ਤੁਹਾਨੂੰ ਕੀ ਲੱਗਦੀ ਹੈ? ਸਭ ਤੋਂ ਬੜੀ ਖਾਸ ਗੱਲ ਹੈ ਜੀ, ਵਿਰਾਸਤ-ਏ-ਖਾਲਸਾ ਇੱਕ ਇਹੋ ਜਿਹਾ ਮਿਊਜ਼ੀਅਮ ਬਣਾਇਆ ਗਿਆ ਹੈ ਜਿਹਦੇ ਵਿੱਚ ਅਸੀਂ 2 ਘੰਟੇ ਦੇ ਸਮੇਂ ਦੇ ਵਿੱਚ ਆਪਣੇ ਵਿਰਾਸਤ ਨਾਲ ਜੁੜ ਸਕਦੇ ਹਾਂ, ਆਪਣੇ ਗੁਰੂ ਸਾਹਿਬਾਨ ਦੀ ਹਿਸਟਰੀ ਨੂੰ ਨਾਲ ਜਾਣੂ ਹੋ ਸਕਦੇ ਹਾਂ, ਆਪਣਾ ਪੰਜਾਬ ਦਾ ਜੋ ਕਲਚਰ ਹੈ, ਪੰਜਾਬ ਦਾ ਜੋ ਇਤਿਹਾਸ ਹੈ, ਅਸੀਂ 2 ਘੰਟੇ 'ਚ ਆ ਕੇ ਪੂਰਾ ਇਤਿਹਾਸ ਇੱਥੇ ਜਾਣਕਾਰੀ ਲੈ ਸਕਦੇ ਹਾਂ। ਅਤੇ ਆਮ ਦਿਨਾਂ ਦੇ ਵਿੱਚ ਜਦੋਂ ਕੋਈ ਇਸ ਜਗ੍ਹਾ ਨੂੰ ਵਿਜ਼ਿਟ ਕਰਦਾ ਆ, ਉਹਨੂੰ ਆਖਰੀ ਟਿਕਟ ਦਿੱਤੀ ਜਾਂਦੀ ਹੈ 4:30 ਵਜੇ ਤੱਕ, ਅਤੇ ਉਸ ਨੂੰ ਦੇਖਣ ਤੋਂ ਬਾਅਦ ਕਿੰਨਾ ਟਾਈਮ ਲੱਗ ਜਾਂਦਾ ਬਾਹਰ ਨਿਕਲ? ਕਲੋਜ਼ਿੰਗ ਟਾਈਮ ਕੀ ਹੈ ਐਗਜੈਕਟਲੀ? ਕਲੋਜ਼ਿੰਗ ਟਾਈਮ ਸ਼ਾਮ 6 ਵਜੇ ਹੈ ਜੀ, 4:30 ਲਾਸਟ ਟਿਕਟ ਵਿਜ਼ਿਟਰ ਨੂੰ ਦਿੱਤੀ ਜਾਂਦੀ ਹੈ ਅਤੇ 6 ਵਜੇ ਵਿਰਾਸਤ-ਏ-ਖਾਲਸਾ ਬੰਦ ਹੋ ਜਾਂਦਾ ਜੀ। ਅਤੇ ਜਿੱਦਾਂ ਹੁਣ 8 ਤੋਂ 8 ਦੀ ਟਾਈਮਿੰਗ ਰੱਖੀ ਗਈ ਹੈ, ਮਤਲਬ 8 ਵਜੇ ਤੋਂ ਲੈ ਕੇ 8 ਵਜੇ ਤੱਕ ਲਾਸਟ ਟਿਕਟ ਦਿੱਤੀ ਜਾਂਦੀ ਹੈ?
हाँ सवेरे 8 बजे तो लेकर रात 8 बजे तक टिकटा सैलानियों दी जाए ने। उस तो बाद जो सैलानी विरासत ए खालसा की सारी गैलरियाँ देख के बाहर निकलते हैं उस तो बाद ही विरासत ए खालसा बंद कराया जाता है। तो करीबन किन्ना का टाइम लग जाता है होले महल्ले के दिनों के 7 तरीक तो लैके 10 तरीक किन्ना का टाइम लग जाता है क्लोजिंग नू? वैसे तो 12 घंटे जी विरासत ए खालसा ओपन किया गया है। तो साडा मेन टीचा यह है कि वध तो वध संगत नू विरासत ए खालसा के दर्शन कराए जाण। तो इस भी समय की सानू कोई लिमिट नहीं है, संगतों नू आराम नाल विरासत ए खालसा दर्शन कराए जाते हैं। समा वध भी लग जाता है तो जिस जदों संगत विरासत ए खालसा देख के बाहर आती जाती असी विरासत ए खालसा बंद करना शुरू कर देंगे। करीबन की टाइम उस हिसाब नाल इत्थे करीबन 10 या 11 बज जांदे होणगे मामूलन? हाँ जी, टिकट लेन तो बाद 2 घंटे का आराम नाल समा संगतां नूं विरासत ए खालसा देखण लगता है। तो जो सैलानी एक बार अंदर दाखिल हो जाते हैं तो पूरा 2 घंटे सारा म्यूजियम गैलरीज देख लेंगे ने, उस तो बाद ही असी विरासत ए खालसा बंद करते हैं सैलानियों। तो सब तो खास चीज़ ये है कि इतिहास नाल जुड़ियां किताबां भी इत्थे अवेलेबल ने। हाँ जी, विरासत ए खालसा विच एक प्रदर्शनी भी लगाई गई है, इस तो अलावा एक डिजिटल लाइब्रेरी भी है जिथे असी अपना पुराना लिटरेचर असी इत्थे पढ़ सकते हैं ते ऑनलाइन सुन भी सकते। सो बहुत ही खास गल्लां दसियां ने पुष्पजीत सिंह जी ने, जो कि इत्थे सुपरविजन कर रहे ने, जिन्हें भी सैलानी आ रहे ने उन्हां नूं गाइड भी कर रहे ने, पूरा स्टाफ नूं गाइड कर रहे ने कि किस तरीके नाल। ते काफ़ी शांतमई माहौल है ते काफ़ी मज़ेदार माहौल है। अपने दे नाल तुसीं एक बार फिर पिछे देख सकते हो कि संगत बहुत ही खुशनुमा माहौल दे विच बाहर निकल रही है, जिथे इन्नी संगत इत्थे आ रही है, करोड़ों की तादाद दे विच संगत इत्थे अज मौजूद हो चुकी है आनंदपुर साहब की धरती ते। उत्थे 16,000 तो भी ज़्यादा लोग अज की तरीक दे विच इस जगह नू विजिट कर रहे हैं। कैमरामैन जतिन दे नाल मनराजदीप चट्ठा की रिपोर्ट, आनंदपुर साहब। देखते रहो दैनिक सवेरा टीवी। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to savdan, specialist Vashikaran, satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed mobile 84374 94647 84374 94648।